ਤਾਂ ਵੀਡੀਓ ਨਹੀਂ ਚੱਲਦੀ, ਤੇਰੀ ਵੀਡੀਓ ਨਹੀਂ ਚੱਲਦੀ, ਮੈਂ ਕੀ ਕਰਾਂ। ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਬਹੁਤ ਹੀ ਦਿਨਾਂ ਬਾਅਦ ਅੱਜ ਲਾਈਵ ਹੋਇਆਂਗੇ, ਤੇ ਹਰ ਵਾਰ ਕੀ ਹੁੰਦਾ ਗਾ, ਪਾਰਸਲ ਫਟਾਫਟ ਰੈਡੀ ਹੁੰਦਾ ਤਾਂ ਇੱਦਾਂ ਹੀ ਪੈਕਿੰਗ ਕਰਕੇ ਭੇਜ ਦੇਈਦਾ ਹੁੰਦਾ। ਤੇ ਆ ਬਹੁਤ ਸੋਹਣੇ ਸੋਹਣੇ ਸੂਟ ਸੀਗੇ ਅੱਜ ਹੈਵੀ ਲੁੱਕ ਦੇ ਵਿੱਚ, ਕਿਉਂਕਿ ਵਿਆਹਾਂ ਦਾ ਸੀਜ਼ਨ ਆ ਜਿਹੜਾ ਉਹ ਚੱਲ ਚੁੱਕਿਆ ਗਾ। ਸਾਰਿਆਂ ਨੂੰ ਮੁਬਾਰਕਾਂ ਜਿਨ੍ਹਾਂ ਦੇ ਵੀ ਘਰਾਂ 'ਚ ਵਿਆਹ ਰੱਖੇ ਹੋਏ ਨੇ, ਅਤੇ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਸੂਟ ਬਣਾਉਣ ਲਈ ਰੈਡੀ ਹਾਂ। ਹਾਂਜੀ, ਚਲੋ ਵੇਖਦੇ ਹਾਂ ਆਪਾਂ ਸੂਟ ਕਿੰਨਾ ਸੋਹਣਾ ਕਲਰ ਆ। ਨਾ ਇਹ ਪਿੰਕ ਕਲਰ ਆ ਜੀ, ਨਾ ਲਾਈਟ ਲਵੈਂਡਰ ਕਲਰ ਆ, ਬਿਲਕੁਲ ਡਿਫਰੈਂਟ ਜਿਹੇ ਕਲਰ ਦਾ ਸੂਟ ਹੈ। ਹਾਥੀ ਵਾਲਾ ਵਰਕ ਹੋਇਆ ਵਾ, ਜਿਹੜੇ ਕਿ ਹਾਥੀ ਨੇ ਤੁਸੀਂ ਵੇਖ ਰਹੇ ਹੋ, ਇਹ ਹਾਥੀ ਬਣੇ ਹੋਏ ਨੇ ਸੂਟ ਦੇ ਉੱਪਰ। ਅਤੇ ਸਾਰਾ ਸੂਟ ਦਾ ਵਰਕ ਆ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਹੋਇਆ ਗਾ, ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ। ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਸਾਡੇ ਤੋਂ ਕਰਵਾ ਸਕਦੇ ਹੋ ਸੂਟ ਨੂੰ। ਦੇਖੋ ਤੁਸੀਂ ਇੱਥੋਂ ਕਮਰ ਤੋਂ ਲੈ ਕੇ ਇਹ ਲਾਈਨ ਆ ਜਿਹੜੀ ਇੱਥੇ ਤੱਕ ਹੀ ਜਾਂਦੀ ਆ, ਅਤੇ ਨੈੱਕ ਵੀ ਬਹੁਤ ਸੋਹਣਾ, ਦੋ ਇਹ ਬੂਟੇ ਬਣੇ ਹੋਏ ਨੇ। ਸਲੀਵਸ ਵੇਖੋਗੇ ਤਾਂ ਤੁਸੀਂ ਸਲੀਵਸ ਦੇਖ ਕੇ ਤਾਂ ਬਿਲਕੁਲ ਹੀ ਜਾਣ ਹੀ ਨਿਕਲਦੇ ਆ, ਪੂਰਾ ਹੈਵੀ ਲੁੱਕ ਦੇ ਵਿੱਚ ਵਰਕ ਹੈ। ਤੁਸੀਂ ਸਾਡੇ ਤੋਂ ਬ੍ਰਾਈਡਲ ਸੂਟ, ਲਹਿੰਗੇ, ਚੋਲੀਆਂ, ਹਰ ਤਰ੍ਹਾਂ ਦਾ ਵਰਕ ਆ ਜਿਹੜਾ ਉਹ ਕਰਵਾ ਸਕਦੇ ਹੋਗੇ, ਇਹ ਤੁਹਾਡੀ ਇੱਛਾ। ਇਹਦੇ ਨਾਲ ਜਿਵੇਂ ਤੁਸੀਂ ਦੁਪੱਟਾ ਕਰਾਉਣਾ, ਇਹ ਬਾਰਡਰ ਵੀ ਬਣ ਜੂ ਦੁਪੱਟੇ ਦੇ ਉੱਪਰ, ਜੇ ਤੁਸੀਂ ਇਹ ਜਾਲ ਬਣਵਾਉਣਾ ਜਾਲ ਵੀ ਬਣ ਜੂਗਾ। ਜਿੱਦਾਂ ਕਿ ਭੈਣ ਹੋਰਾਂ ਨੇ ਤਾਂ ਇਹਦੇ ਨਾਲ ਕਮਲ ਚਲਾਉਣ ਦੇ, ਦੇਖੋ ਆਹ ਪਲੇਨ ਦੁਪੱਟੇ ਹੀ ਰੈਡੀ ਕੀਤੇ ਨੇ ਚੈੱਕ ਬਣਵਾ ਕੇ। ਇਸ ਤਰੀਕੇ ਨਾਲ ਦੇਖੋ ਆਪਾਂ ਨੇ ਚੈੱਕ ਬਣਾਇਆ ਦੁਪੱਟੇ ਦੇ ਵਿੱਚ, ਜਿਹੜਾ ਕਿ ਬਹੁਤ ਸੋਹਣਾ ਲੱਗਦਾ ਪੱਲਿਆਂ ਦੇ ਵਿੱਚ, ਇਹ ਵੇਖੋ। ਅਤੇ ਇਹ ਤੁਹਾਡੀ ਇੱਛਾ ਜੀ, ਤੁਸੀਂ ਵਰਕ ਵੀ ਕਰਵਾ ਸਕਦੇ ਹੋ, ਤੁਸੀਂ ਵਿਦਆਊਟ ਵਰਕ ਵੀ ਲੈ ਸਕਦੇ ਹੋ। ਦੁਪੱਟਾ, ਸਟੱਫ, ਸਾਰਾ ਕੁਛ ਤੁਸੀਂ ਆਪਣੇ ਅਕੋਰਡਿੰਗ ਹੀ ਕਸਟਮਾਈਜ਼ ਸਾਡੇ ਤੋਂ ਕਰਵਾ ਸਕਦੇ ਹੋ। ਅਤੇ ਮੈਂ ਨਾਲ ਹੀ ਤੁਹਾਨੂੰ ਦਿਖਾਉਣ ਚੱਲੀ ਹਾਂ ਨੈਕਸਟ ਸੂਟ। ਵੀਡੀਓ ਨੂੰ ਸਕਿੱਪ ਨਾ ਕਰਿਓ, ਕਿਉਂਕਿ ਮੈਂ ਬਹੁਤ ਦਿਨਾਂ ਬਾਅਦ ਤੁਹਾਡਾ ਦਿਮਾਗ ਖਾਣਾ ਨਹੀਂ ਆ, ਅਤੇ ਇਸ ਕਰਕੇ ਮੈਂ ਤੁਹਾਨੂੰ ਵਾਰ ਵਾਰ ਕਹਿੰਦੀ ਹਾਂ। ਅਤੇ ਮੇਰੀ ਸਾਰੀ ਵੀਡੀਓ ਜ਼ਰੂਰ ਵੇਖਣੀ, ਮੈਂ ਤੁਹਾਡੇ ਨਾਲ ਸੱਚੀ ਗੁੱਸੇ ਹੋ ਜਾਊਂ, ਕਿਉਂਕਿ ਮੇਰੀਆਂ ਵੀਡੀਓ ਨਹੀਂ ਚੱਲਦੀ ਹੈਗੀਆਂ, ਮੈਂ ਕੀ ਕਰਾਂ। ਮੈਨੂੰ ਕਹੀ ਜਾਂਦੇ ਨੇ ਤੇਰੀ ਤਾਂ ਵੀਡੀਓ ਨਹੀਂ ਚੱਲਦੀ, ਤੇਰੀ ਵੀਡੀਓ ਨਹੀਂ ਚੱਲਦੀ, ਮੈਂ ਕੀ ਕਰਾਂ, ਹੈ ਨਾ। ਮੈਂ ਤਾਂ ਬਹੁਤ ਕੋਸ਼ਿਸ਼ ਕਰਦੀ ਹਾਂ ਵੀ ਮੇਰੀ ਵੀਡੀਓ ਚੱਲੇ, ਤਾਂ ਕਿ ਹੈ ਨਾ ਜਿਨ੍ਹਾਂ ਨੂੰ ਵੀ ਸੂਟਾਂ ਦੀ ਲੋੜ ਹੈ ਉਹਨਾਂ ਕੋਲ ਮੇਰੇ ਸੂਟ ਜ਼ਰੂਰ ਪਹੁੰਚਣ, ਕਿ ਉਹ ਮੈਨੂੰ ਹੋਰ ਵੀ ਆਰਡਰ ਦੇ ਸਕਣ। ਅਤੇ ਇਹ ਦੇਖੋ ਲਵੈਂਡਰ ਕਲਰ ਦਾ ਸੂਟ ਹੈ ਜੀ, ਜਿਹੜਾ ਕਿ ਲੁੱਕ ਵਾਈਜ਼ ਇੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਗਾ, ਤੁਸੀਂ ਇਹਨੂੰ ਵੇਖ ਸਕਦੇ ਹੋ। ਅਤੇ ਇਹ ਸੂਟ ਦੇ ਵਿੱਚ ਤੁਸੀਂ ਵੇਖੋ ਜਿਹੜਾ ਵਰਕ ਆ ਘੇਰੇ ਦਾ ਗਾ, ਉੱਪਰ ਤੱਕ ਫਿਟਿੰਗ ਤੱਕ ਜਿਹੜਾ ਇਹ ਵਰਕ ਹੈ ਫਿਟਿੰਗ ਦੇ ਵਿੱਚ ਆਇਆ ਜੀ, ਫਿਟਿੰਗ ਤੋਂ ਲੈ ਕੇ ਨੀਚੇ ਫੋਰ ਸਾਈਡ ਵਰਕ ਹੈ, ਨੈੱਕ 'ਤੇ ਵੀ ਆ, ਸਲੀਵਸ 'ਤੇ ਵੀ ਆ। ਐਂਡ ਇਹਦਾ ਦੁਪੱਟਾ ਜਿਹੜਾ ਕਮਲ ਚਲਾਉਣ ਦਾ, ਇਹ ਆਪਣੇ ਇਹ ਲਾਈਨਾਂ ਲਾ ਕੇ ਇਹਨੂੰ ਡੈਕੋਰੇਟ ਕੀਤਾ ਗਾ। ਐਂਡ ਮੈਂ ਇਹਦੀ ਬੋਟਮ ਦਿਖਾਉਣਾ ਚਾਹੁੰਦੀ ਹਾਂ, ਬੋਟਮ ਬਹੁਤ ਸੋਹਣੀ ਆ, ਵੇਖੋ ਤੁਸੀਂ। ਇਹਦੀ ਸਲਵਾਰ ਆ, ਸਲਵਾਰ ਦੇ ਪੌਂਚੇ ਆਪਾਂ ਸਿੰਗਲ ਕਰਕੇ ਵੇਖਦੇ ਹਾਂ, ਥੋੜ੍ਹਾ ਜ਼ਿਆਦਾ ਪਤਾ ਲੱਗ ਜਾਂਦਾ ਵਾਈਟ ਕਾਊਂਟਰ 'ਤੇ। ਦੇਖੋ ਜੀ ਇਹ ਸਲਵਾਰ ਆ, ਸਟਰੇਟ ਸਲਵਾਰ ਬਣਾਈ ਆਪਣੇ, ਬਹੁਤ ਸੋਹਣੀ ਲੱਗ ਰਹੀ ਆ ਸਲਵਾਰ। ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਹੋਇਆ ਹੋਇਆ ਵਰਕ ਇਹਦਾ। ਅਤੇ ਤੁਸੀਂ ਵੀ ਐਵੇਂ ਦੇ ਸੋਹਣੇ ਸੋਹਣੇ ਪਿਆਰੇ ਪਿਆਰੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ। ਇਹ ਆਪਾਂ ਸਿਲਕ ਦੇ ਉੱਪਰ ਬਣਾਇਆ ਜੀ, ਤੁਹਾਡੀ ਇੱਛਾ। ਦੇਖੋ ਤੁਸੀਂ ਕਰੇਪ 'ਤੇ, ਸ਼ਿਮਰ 'ਤੇ, ਸਿਲਕ 'ਤੇ, ਔਰਗੈਂਜਾ 'ਤੇ, ਹਰ ਇੱਕ ਚੀਜ਼ ਦੇ ਉੱਪਰ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ, ਕਿਉਂਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਤੁਸੀਂ ਤੁਹਾਡੀ ਅਕੋਰਡਿੰਗ ਹੀ ਅਸੀਂ ਸਟੱਫ ਆ ਜਿਹੜਾ ਯੂਜ਼ ਕਰਦੇ ਹਾਂ, ਜਿਹੜਾ ਤੁਸੀਂ ਸਟੱਫ ਕਹੋਗੇ ਆਪਾਂ ਉਹੀ ਸਟੱਫ ਦੇ ਉੱਪਰ ਸੂਟ ਤੁਹਾਨੂੰ ਬਣਾ ਕੇ ਭੇਜਾਂਗੇ। ਅਤੇ ਤੁਸੀਂ ਜਲਦੀ ਜਲਦੀ ਸਾਡੇ ਨਾਲ ਕੰਟੈਕਟ ਕਰੋ, ਅਤੇ ਮੇਰੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਹਾਂਜੀ, ਮੇਰੇ ਪੇਜ ਨੂੰ ਜ਼ਰੂਰ ਫੋਲੋ ਕਰਿਓ, ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ, ਸਮਝ ਗਏ।